ਕੀ ਨਾਂ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਮੈਂ ਅਸ਼ਵਨੀ ਕੁਮਾਰ, ਪੁੱਤਰ ਸੰਸਾਰੀ ਲਾਲ, ਧਾਰੀਵਾਲ ਸਾਹਿਬ। ਤੇ ਕੀ ਗੱਲ ਹੋਈ ਅੱਜ? ਮੈਂ ਰੋਜ਼ਾਨਾ ਦੀ ਰੂਟੀਨ 'ਚ ਜਿੱਦਾਂ ਮੇਰੀ ਵਾਈਫ ਸਵੇਰੇ ਸਕੂਲ ਜਾਂਦੀ ਹੈ, ਦੁਆਬਾ ਟੀਚਰ ਲੱਗੀ ਦੀ ਆ, ਉਸ 7:30 ਵਜੇ ਘਰੋਂ ਚੱਲ ਗਈ ਆ, ਅਤੇ ਮੈਂ ਡੇਲੀ ਰੂਟੀਨ ਜਿੱਦਾਂ ਦੁਕਾਨ 'ਤੇ ਜਾਂਦਾ ਵਾਂ। ਮੈਂ ਕੋਈ ਅੱਜ 9:45 'ਤੇ ਘਰੋਂ ਨਿਕਲਿਆ ਵਾਂ, ਅਤੇ ਮੈਂ ਦੁਕਾਨ 'ਤੇ ਜੰਦਰਾ ਮਾਰ ਕੇ ਘਰ ਚੱਲ ਗਿਆ ਵਾਂ। ਅਤੇ ਜਦੋਂ ਮੇਰੀ ਘਰ ਦੀ ਸਕੂਲੋਂ ਆਈ ਹੈ, ਅਤੇ ਉਹਨੇ ਮੈਨੂੰ ਟੈਲੀਫੋਨ ਕੀਤਾ, ਕੀ ਗੱਲ ਤੁਸੀਂ ਅੱਜ ਜੰਦਰਾ ਨਹੀਂ ਮਾਰਿਆ? ਮੈਂ ਨਹੀਂ, ਮੈਂ ਜੰਦਰਾ ਮਾਰਿਆ ਤਾ। ਕਹਿੰਦੀ ਦਰਵਾਜ਼ੇ ਨੂੰ ਜੰਦਰਾ ਨਹੀਂ ਆ। ਉਹ ਡਰ ਗਈ, ਉਹਨੇ ਬਾਹਰੋਂ ਕਿਸੇ ਬੰਦੇ ਨੂੰ ਲੜਕੋਂ ਮਹੱਲੇ 'ਚੋਂ ਕਿਸੇ ਬੰਦੇ ਨੂੰ ਆਵਾਜ਼ ਮਾਰੀ, ਘਰ ਆਏ ਤਾਂ ਸਾਰੇ ਘਰ ਦੇ ਦਰਵਾਜ਼ੇ ਟੁੱਟੇ ਅਤੇ ਸਾਰਾ ਸਮਾਨ ਚਲੇ ਗਿਆ, ਅਤੇ ਚੋਰ ਆਪਣਾ ਕੰਮ ਹਰ ਕਰ ਗਏ। ਅਤੇ ਹੁਣ ਤੱਕ ਜਿਹੜੀ ਤੁਸੀਂ ਵੇਖਿਆ ਵਾ, ਕੀ ਕੀ ਲੈ ਕੇ ਗਏ? ਅਪਰੋਕਸੀਮੇਟਲੀ ਜਿਹੜਾ ਵਾ 30 ਦੇ ਤੋਲੇ ਦੇ ਲਗਭਗ ਸੋਨਾ ਜਿਹੜਾ ਵਾ ਉਹ ਚੋਰੀ ਹੋਇਆ ਭਾਅ ਜੀ। ਅਤੇ ਮੇਰੀ ਦੁਕਾਨ ਦਾ ਕੈਸ਼ ਸੀ ਕੋਈ 25,000 ਰੁਪਇਆ ਜਿਹੜਾ ਉਹ ਨਾਲ ਲੈ ਗਏ। ਕਿੰਨੇ ਸਾਰੇ ਘਰ ਮਤਲਬ ਚੰਗੀ ਤਰ੍ਹਾਂ ਬੋਲ ਕੇ ਗਏ ਆ? ਸਾਰੇ ਸਾਰੀਆਂ ਗਾਟੇ ਦੀਆਂ ਅਲਮਾਰੀਆਂ ਭੰਨੀ ਦੀਆਂ, ਟੋਟਲੀ ਸਾਰੀਆਂ ਲੱਕੜ ਦੀਆਂ ਅਲਮਾਰੀਆਂ ਭੰਨੀ ਦੀਆਂ, ਦਰਵਾਜ਼ੇ ਦੀਆਂ ਚਕਾਟਾਂ ਪੁੱਟਤੀ ਦੀਆਂ, ਦਰਵਾਜ਼ੇ ਤੋੜਦੇ ਦੇ ਘਰ ਦੇ। ਇਹਦੇ ਤੋਂ ਇਲਾਵਾ ਹੋਰ ਕੋਈ ਨੁਕਸਾਨ? ਬਾਕੀ ਹਾਲੀ ਅਸੀਂ ਚੰਗੀ ਤਰ੍ਹਾਂ ਦੇਖਿਆ, ਬਾਕੀ ਹਾਲੀ ਸਾਡੀ ਦੇਖਾਂਗੇ ਲਈ ਫਿਰ ਪਤਾ ਲੱਗੇ। ਕੋਈ ਸਕੈਮ ਨਹੀਂ ਲੱਗਾ? ਸੀਸੀਟੀਵੀ ਕੈਮਰਾ ਲੱਗੇ ਦਾ ਕਰ ਲੱਗੇ, ਉਹ ਚੈੱਕ ਕੀਤੇ ਜਾ ਰਹੇ ਕੈਮਰੇ, ਚੈੱਕ ਕੈਮਰੇ ਚੈੱਕ ਕਰਦੇ ਪਏ, ਉਹ 'ਚ ਕੋਈ ਸ਼ਖਸ ਆ ਰਿਹਾ ਕਿਸੇ ਟੋਪੀ ਪਾਈ ਦੀ ਹੈ ਕਿਸੇ ਸ਼ਖਸ ਨੇ, ਉਹ ਲੱਭੇ ਕਰਦਾ। ਪੁਲਿਸ ਨੂੰ ਕੀਤਾ ਇਨਫੋਰਮ? ਪੁਲਿਸ ਨੂੰ ਹਾਲੀ ਟੈਲੀਫੋਨ ਕੀਤਾ, ਉਹ ਕਹਿੰਦੇ ਕੋਈ ਮੀਟਿੰਗ 'ਚ ਗਏ ਤੇ DSHO ਸਾਹਿਬ ਤੋਂ ਆਉਂਦੇ ਆ। ਫਿਰ ਧਾਰੀਵਾਲ 'ਚ ਦਿਨ ਪਹਿਲਾਂ ਹੀ ਚੋਰੀ ਹੋਈ ਆ, ਕਾਫੀ ਨੁਕਸਾਨ ਹੋ ਗਿਆ ਵਾ, ਪਹੁੰਚੇ ਤੁਸੀਂ? ਹਾਂਜੀ, ਅਸੀਂ ਮੌਕੇ 'ਤੇ ਆਏ ਜੀ, ਸਾਨੂੰ ਫੋਨ ਆਇਆ ਕੰਟਰੋਲ ਰੂਮ ਤੋਂ, ਅਤੇ ਅਸ਼ਵਨੀ ਕੁਮਾਰ ਦੇ ਘਰ ਆਇਆ, ਅਤੇ ਘਰ ਕੋਈ ਵੀ ਨਹੀਂ, ਦੁਕਾਨ 'ਤੇ ਕੰਮ ਕਰਦੇ ਆ। ਇਹਦੀ ਮਿਸਿਜ ਜਿਹੜੀ ਆ ਸਕੂਲ ਦੇ ਟੀਚਰ ਦੇ, ਉਹ ਜਦੋਂ ਸਕੂਲ ਤੋਂ ਵਾਪਸ ਆਏ ਨੇ 2:30 ਵਜੇ ਦੇ ਕਰੀਬ, ਉਹਨਾਂ ਘਰ ਆ ਕੇ ਵੇਖਿਆ ਤਾਲੇ ਟੁੱਟੇ ਆ, ਅਤੇ ਮੌਕੇ 'ਤੇ ਹੀ ਆਏ ਹਾਂ, ਆ ਕੇ ਚੈੱਕ ਕੀਤਾ, ਉਹਨਾਂ ਪ੍ਰੋਸੈਸ ਕਰ ਰਹੇ ਹਾਂ। ਬਾਕੀ ਜੋ ਵੀ ਸਮਾਨ ਜਿਹੜਾ ਚੋਰੀ ਹੋਇਆ ਜੀ, ਉਹਦੇ ਮੁਤਾਬਕ ਜੀ ਕਾਰਵਾਈ ਕੀਤੀ ਹੈ ਜੀ, ਜਿੱਦਾਂ ਲਗਾਉਂਦੇ। ਇਹ ਸ਼ਹਿਰ ਦੀ ਬੜੀ ਘਣੀ ਆਬਾਦੀ ਆ ਜੀ, ਜਿੱਥੇ ਦਿਨ ਦੁਪਹਿਰੇ ਚੋਰੀ ਹੋ ਗਈ ਆ, ਕੀ ਕੋਈ ਸੇਫ ਹੈਗਾ ਇੱਥੇ ਧਾਰੀਵਾਲ 'ਚ ਜੀ? ਅਤੇ ਚਲੋ ਇਹ ਪਾਣੀ ਮੈਨੂੰ ਕਿਹਾ ਵੀ ਹਰੇਕ ਨੂੰ ਇਹੋ ਹੀ ਰਿਕੁਐਸਟ ਕਰ ਲੋਕਾਂ ਨੂੰ ਕਿ ਆਪਣੇ ਘਰਾਂ 'ਚ ਕੈਮਰੇ ਲਓ, ਅਤੇ ਕੈਮਰੇ ਦਾ ਜਿਹੜਾ ਮੋਬਾਇਲ ਦੇ ਨਾਲ ਲਿੰਕ ਕਰੋ, ਤਾਂ ਕਿ ਇਹਦਾ ਪਤਾ ਲੱਗ ਜਾਵੇ ਕਿ ਘਰ ਆ ਜਾ ਰਿਹਾ। ਬਾਕੀ ਮੌਸਮ ਖਰਾਬ ਸੀ, ਬਰਸਾਤ ਦਾ ਮੌਸਮ ਹੀ ਕਿਸੇ ਨੇ ਧਿਆਨ ਦਿੱਤਾ, ਤਾਲਾ ਬਾਹਰ ਲੱਗਾ ਸੀ, ਤਾਲਾ ਬਾਹਰ ਲੱਗੇ ਕਰਕੇ ਉਹਨੂੰ ਤਾਲਾ ਖੋਲ ਕੇ ਦਿੱਤਾ, ਤਾਲਾ ਬਾਹਰ ਲੱਗੇ। ਕਿੰਨਾ ਕੁ ਨੁਕਸਾਨ ਦੱਸਦੇ ਹੋ ਜਾ? ਇਹ ਦੱਸ ਜਿਹੜਾ 25,000 ਰੁਪਈਆ ਅਤੇ 25-30 ਥੋੜ੍ਹੇ ਸੋਨੇ ਦੇ।